ਗੁਲਾਮ ਰਬਾਨੀ ਅਗਰੋ ਦੀ ਕਹਾਣੀ ਹੜ ਬਰੋਹਿਸ ਦੇ ਜੰਗਲ ਚ ਪੁਰਾਣੀ ਨਵਾਲਖੀ ਨਹਿਰ ਦੇ ਉੱਚੇ ਕੰਡੇ ਤੇ ਉਹਦੀ ਝੌਂਪੜੀ ਸੀ ਹਰ ਰੋਜ਼ ਆਪਣੀ ਰੋਜ਼ੀ ਰੋਟੀ ਦੀ ਭਾਲ ਚ ਇਸ ਰੁੱਖੇ ਤੇ ਦੂਰ ਦੁਰਾਡੇ ਖੇਤਰ ਚ ਆਪਣੇ ਖੋਤੇ ਲੈ ਕੇ ਜਾਂਦਾ ਸੀ ਜਦੋਂ ਸ਼ਾਮ ਨੂੰ ਪਰਤ ਕੇ ਆਉਂਦਾ ਤਾਂ ਜੰਗਲ ਚ ਪਸ਼ੂ ਚਾਰਦਿਆਂ ਹੋਈਆਂ ਔਰਤਾਂ ਵੀ ਵਾਪਸ ਪਰਤ ਰਹੀਆਂ ਹੁੰਦੀਆਂ ਇਦੋਂ ਬਰਸਾਤ ਦੀ ਰੁੱਤ ਨੂੰ ਛੱਡ ਕੇ ਬਾਕੀ ਸਾਰਾ ਸਾਲ ਆਪਣੇ ਮੁਕੱਦਰ ਸਾਹਮਣੇ ਹਥਿਆਰ ਸੁੱਟ ਕੇ ਇਸ ਇਲਾਕੇ 'ਚ ਰਹਿੰਦੇ ਸਨ। ਵਲਵਲੇਵੇਂ ਖਾਂਦੀ ਵੱਡੀ ਨਦੀ ਹੜ ਨਾਲ ਉੱਛਲ ਪੈਂਦੀ। ਜੇ ਮਾਲਕ ਦੀ ਦਇਆ ਹੁੰਦੀ ਤਾਂ ਪਾਣੀ ਛੇਤੀ ਉਤਰ ਜਾਂਦਾ, ਵਰਨਾ ਇਸਾ ਆਪਣੀ ਪਤਨੀ ਤੇ ਬੱਚਿਆਂ ਸਮੇਤ ਇੱਕ ਮਹੀਨਾ ਪਹਿਲਾਂ ਖੁਸ਼ਕ ਪੱਟੀ ਵਿੱਚਲੇ ਇੱਕ ਪਿੰਡ 'ਚ ਚਲਾ ਜਾਂਦਾ। ਸੰਘਣੇ ਜੰਗਲ ਦੇ ਅੰਦਰ ਕੋਈ ਹਵਾ ਦਾ ਬੁੱਲਾ ਕਦੇ ਨਾ ਪਹੁੰਚਦਾ। ਮੱਖੀਆਂ ਜੱਡੇ ਮੱਛਰ ਦੇ ਫੈਲਣ ਲਈ ਇਹ ਸੁਖਾਂਵੇਂ ਥਾਂ ਸੀ। ਰਾਤ ਪੈਂਦੀ ਹੈ ਹੀ ਸਾਰੇ ਜੰਗਲ ਚ ਮੱਛਰਾਂ ਦੀ ਪਿੰਪਣਾहट ਸ਼ੁਰੂ ਹੋ ਜਾਂਦੀ ਹੈ ਖੈਰ ਹੋਏ ਨਾ ਵਿਨਾਸ਼ਕਾਰੀ ਕੀਟਾਂ ਦੇ ਆਦੀ ਹੋ ਚੁੱਕੇ ਸਨ ਈਸਾ ਪਾਥੀਆਂ ਦੀ ਧੂਣੀ ਬਾਲ ਦਿੰਦਾ ਇਹਦੇ ਧੂਏ ਨਾਲ ਉਹ ਗਹਿਰੀ ਨੀਂਦ ਸੌ ਜਾਂਦੇ ਜੰਗਲ ਚ ਸੱਪਾਂ ਤੇ ਜ਼ਹਿਰੀਲੇ ਕੀੜਿਆਂ ਦੀ ਵੀ ਪਰਹਾਰ ਸੀ ਹਨੇਰੇ ਚ ਬਾਹਰ ਨਿਕਲਣਾ ਖਤਰਨਾਕ ਸੀ ਅਜੇ ਆ ਨਹੀਂ ਕਿ ਉਹ ਸੱਪ ਦੇ ਕੱਟਣ ਦਾ ਤੁਰ ਤੇ ਇਲਾਜ ਨਹੀਂ ਸੀ ਕਰ ਸਕਦੇ ਜਿੱਥੋਂ ਸਪਣੇ ਡੰਗ ਮਾਰੇ ਹੁੰਦਾ ਉਸ ਥਾਂ ਤੇ ਉਤਰਨ ਤੇ ਚੀਰਾ ਦੇ ਕੇ ਉਹਦੇ ਵਿੱਚ ਮਿਰਚਾਂ ਦਾ ਧੂੜਾ ਭਰ ਦਿੰਦੇ ਤੇ ਉੱਪਰ ਤੰਬਾਕੂ ਦਾ ਪੱਤਾ ਰੱਖ ਕੇ ਮਿੱਟੀ ਦਾ ਤੇਲ ਛਿੜਕ ਦਿੰਦੇ ਅੱਲਾ ਦਾ ਨਾਮ ਲੈ ਕੇ ਉੱਪਰ ਕੱਸ ਕੇ ਪੱਟੀ ਬੰਨ੍ਹ ਦਿੰਦੇ ਰੋਗੀ ਗਾਂ ਦੇ ਤਾਜ਼ੇ ਤੇ ਕੋਸੇ ਦੁੱਧ ਦਾ ਵੱਡਾ ਕਟੋਰਾ ਭਰ ਕੇ ਪੀ ਲੈਂਦਾ ਸੌਂ ਜਾਂਦਾ ਜਦੋਂ ਸਵੇਰੇ ਉੱਠਦਾ ਤਾਂ ਨਵੰਬਰ ਨਵ ਹੁੰਦਾ ਉਹ ਜੰਗਲ ਦੇ ਜੀਵਨ ਦੇ ਨਾ ਉਤਾਰ ਚੜਾਵਾਂ ਦੇ ਆਦੀ ਹੋ ਚੁੱਕੇ ਸਨ ਜੇ ਕੋਈ ਗੱਲ ਉਹਨਾਂ ਲਈ ਚਿੰਤਾ ਦਾ ਵਿਸ਼ਾ ਸੀ ਤਾਂ ਹੜਸਨ ਉਸ ਵੇਲੇ ਸਿਰਫ ਜੰਗਲ ਦੇ ਮੱਛਰ ਹੀ ਨਹੀਂ ਸਗੋਂ ਸਾਰੇ ਖੇਤਰ ਦੇ ਮੱਛਰ ਉਹਨਾਂ ਦੇ ਝੌਂਪੜੀ ਤੇ ਤਾਵਾ ਬੋਲ ਦਿੰਦੇ। ਬੱਚੇ ਮਲੇਰੀਆ ਬੁਖਾਰ ਨਾਲ ਮੁੱਦੇ ਪੈ ਜਾਂਦੇ। ਵਿਚਾਰਾ ਈਸਾ ਆਪਣੇ ਦੋਸਤ ਮੂਸਾ ਮਛਵਾਰੇ ਕੋਲ ਜਾਂਦਾ। ਉਹਨੂੰ ਪਾਲਾ ਮੱਛੀ ਦੀ ਟੋਕਰੀ ਭਰ ਕੇ ਦਿੰਦਾ। ਇਹ ਤੋਹਫ਼ਾ ਲੈ ਕੇ ਈਸਾ ਹੜ ਰੋਕੂ ਡੈਮ ਲੰਘ ਕੇ ਉਸ ਪਿੰਡ 'ਚ ਜਾਂਦਾ ਜਿੱਥੇ ਹਕੀਮ ਖੁਸ਼ ਮੁਹੰਮਦ ਰਹਿੰਦਾ ਸੀ। ਡਾਕਟਰ ਬਦਲੇ ਵਿੱਚ ਉਹਦੇ ਬੱਚਿਆਂ ਲਈ ਕੁਨੀਨ ਦੀਆਂ ਕੁਝ ਗੋਲੀਆਂ ਦਿੰਦਾ ਤਾਂ ਜੋ ਉਹਨਾਂ ਨੂੰ ਬੁਖਾਰ ਤੋਂ ਆਰਾਮ ਆ ਜਾਏ। ਹਰ ਸਾਲ ਵਾਂਗ ਇਸ ਸਾਲ ਵੀ ਨਦੀ ਉੱਛਲੀ। ਇਹ ਹੜ ਸੀ। ਇਹਨਾਂ ਨਦੀਆਂ ਨੂੰ ਦੇਖਦੇ ਹੋਏ ਸਾਡੀਆਂ ਦਾੜ੍ਹੀਆਂ ਸਫੈਦ ਹੋ ਗਈਆਂ ਨੇ। ਪਰ ਅਜਿਹਾ ਹੜ ਨਹੀਂ ਦੇਖਿਆ। ਜੇ ਅੱਲਾ ਮਿਹਰਬਾਨ ਨਾ ਹੋਇਆ ਤੇ ਸਾਡੀ ਤਬਾਹੀ ਮਚਾ ਦੇਵੇਗਾ। ਈਸਾ ਵੀ ਬਹੁਤ ਬੇਚੈਨ ਹੋ ਗਿਆ। ਹੜ ਦਾ ਕੁਝ ਪਾਣੀ ਸਿਰਫ 2 ਦਿਨਾਂ ਜੀ ਸਾਰੇ ਡੈਲਟੇ ਤੋਂ ਪਾਰ ਚਲਾ ਗਿਆ ਸੀ। ਸਿੱਲੀ ਬੈਲਟ ਪਾਰ ਕਰਕੇ ਉੱਥੇ ਪਹੁੰਚ ਚੁੱਕਾ ਸੀ ਜਿੱਥੇ ਤਿੰਨੇ ਸੜਕਾਂ ਮਿਲਦੀਆਂ ਨੇ ਮੱਛਰਾਂ ਦੀ ਗਿਣਤੀ ਵੱਧ ਗਈ ਈਸਾ ਦੀਆਂ ਦੋ ਧੀਆਂ ਤੇ ਇੱਕ ਛੋਟਾ ਪੁੱਤਰ ਬੁਖਾਰ ਨੇ ਗਰਸੇ ਹੋਏ ਸਨ ਉਹਨੇ ਦੇਰ ਨਾ ਲਗਾਈ ਮੂਸਾ ਕੋਲੋਂ ਮੱਛੀ ਦੀਆਂ ਦੋ ਟੋਕਰੀਆਂ ਲੈ ਕੇ ਜਲਦੀ ਦਵਾਈ ਲੈਣ ਲਈ ਪਿੰਡ ਗਿਆ ਹੜ ਦੀ ਕੀ ਸਥਿਤੀ ਹੈ ਪਿੰਡ ਦੇ ਡਾਕਟਰ ਨੇ ਪੁੱਛਿਆ ਹੜ ਰੋਕੂ ਡੈਮ ਦੇ ਤੁਹਾਡੇ ਵਾਲੇ ਪਾਸੇ ਮੈਂ ਕੁਝ ਮਟਰਾਂ ਦੀ ਕਾਸ਼ਤ ਕੀਤੀ ਏ ਮੈਨੂੰ ਨਹੀਂ ਪਤਾ ਇਹ ਫਸਲ ਬਚੇਗੀ ਜਾਂ ਨਹੀਂ ਸਭ ਕਹਿੰਦੇ ਨੇ ਹੜ ਨਹੀਂ ਰੁਕੇਗਾ ਇਸ ਵਾਰ ਮਾਮਲਾ ਸੰਜੀਦਾ ਹੈ ਇਥੇ ਆਉਂਦੀ ਹੋਈ ਨਹੀਂ ਮੈਂ ਬਹੁਤ ਸਾਰੇ ਅਫਸਰਾਂ ਨੂੰ ਡੈਮ ਦੇ ਆਲੇ ਦੁਆਲੇ ਭੱਜਦੇ ਦੇਖਿਆ ਉਹਨਾਂ ਨੂੰ ਖਬਰਦਾਰ ਕੀਤਾ ਗਿਆ ਹੋਵੇਗਾ ਈਸਾ ਨੇ ਕਿਹਾ ਡਾਕਟਰ ਨੇ ਹਮਦਰਦੀ ਨਾਲ ਪੁੱਛਿਆ ਈਸਾ ਫਿਰ ਤੁਸੀਂ ਕੀ ਕਰੋਗੇ ਤੁਹਾਡਾ ਉਹ ਨਹਿਰ ਦਾ ਕਿਨਾਰਾ ਹੜ ਹੜ ਦੇ ਦਬਾਅ ਸਾਹਮਣੇ ਨਹੀਂ ਠਹਿਰ ਸਕੇਗਾ ਜੇ ਤੁਹਾਨੂੰ ਖਤਰਾ ਹੈ ਤਾਂ ਆਪਣੇ ਪਰਿਵਾਰ ਸਮੇਤ ਕੁਝ ਦਿਨਾਂ ਲਈ ਉੱਥੇ ਕਿਉਂ ਨਹੀਂ ਆ ਜਾਂਦੇ ਈਸਾ ਨੇ ਜਵਾਬ ਦਿੱਤਾ ਮੈਂ ਸਿਰਫ ਇੰਤਜ਼ਾਰ ਕਰ ਰਿਹਾ ਹਾਂ ਦੇਖ ਰਿਆਂ ਜੇ ਅੱਲਾ ਦੀ ਇਦਾਂ ਹੀ ਮਰਜ਼ੀ ਹੋਈ ਤਾਂ ਹਕੀਮ ਸਾਹਿਬ ਤੁਹਾਡੇ ਤੁਹਾਡਾ ਅਸ਼ੀਰਵਾਦ ਲਵਾਂਗੇ ਇਨਸ਼ਾਅੱਲਾ ਰੱਬ ਤੁਹਾਡਾ ਸਾਥ ਦੇਗਾ ਬਰਖੁਰਦਾਰ ਮੇਰਾ ਇੱਕ ਕੰਮ ਕਰੇ ਵਾਪਸੀ ਤੇ ਰਈਸ ਖਾਨ ਮੁਹੰਮਦ ਦੇ ਫਾਰਮ ਹਾਊਸ ਕੋਲੋਂ ਲੰਘ ਜਾਈ ਜੇ ਬਡੇਰਾ ਸਾਹਿਬ ਉੱਥੇ ਹੋਏ ਤਾਂ ਮੇਰਾ ਸਲਾਮ ਕਹਿੰਦਾ ਜਾਈ ਫਿਰ ਸਾਰੀਆਂ ਸਲਾਮਾਂ ਆਖੀ ਤੇ ਉਹ ਬਹੁਤ ਹਮਦਰਦ ਦੋਸਤੇ ਮੈਨੂੰ ਉਹਦੀ ਚਿੰਤਾ ਹੋ ਰਹੀ ਹੈ ਜਨਾਬ ਮੈਂ ਆਮ ਕਰਕੇ ਉਹਦੇ ਫਾਰਮ ਹਾਊਸ ਤੇ ਜਾਣ ਤੋਂ ਕਤਰੌਂਦਾ ਉਹ ਸਾਡੇ ਵਰਗੇ ਗਰੀਬ ਆਦਮੀਆਂ ਦੀ ਪਹੁੰਚ ਤੋਂ ਬਾਹਰ ਹੈ ਉਹਨੂੰ ਗਰੀਬਾਂ ਲਈ ਰਹਿਮਦਿਲ ਹੋਣਾ ਚਾਹੀਦਾ ਪਰ ਉਹ ਜਿਹਾ ਨਹੀਂ ਹਕੀਮ ਸਾਹਿਬ ਮੈਨੂੰ ਮਾਫ ਕਰ ਦੇਣਾ ਮੈਂ ਤੁਹਾਡੇ ਦੋਸਤ ਬਾਰੇ ਇੱਕ ਠੋਹਰ ਲਫ਼ਜ਼ ਬੋਲ ਰਿਹਾ ਪਰ ਜੇ ਸੱਚ ਪੁੱਛੋ ਤਾਂ ਮੈਂ ਕਲਮੀ ਦੀ ਕਸਮ ਖਾ ਕੇ ਕਹਿਣਾ ਕਿ ਅਸਲ 'ਚ ਵਡੇਰੇ ਵਿੱਚ ਇਨਸਾਨੀਅਤ ਵਾਲੀ ਕੋਈ ਸਿਫਤ ਨਹੀਂ ਹੈ ਕੁਝ ਦਿਨ ਹੋਏ ਉਹਨੇ ਮੈਨੂੰ ਹਦਾਇਤ ਕੀਤੀ ਕਿ ਖੋਤੇ ਤੇ ਖਾਦ ਲਿਜਾ ਕੇ ਉਹਦੇ ਖੇਤਾਂ 'ਚ ਖਡਾਵਾ ਮੈਨੂੰ ਇਹ ਕੰਮ ਕਰਨ 'ਚ ਪੂਰੇ 5 ਦਿਨ ਲੱਗੇ ਮੈਂ ਸੋਚਦਾ ਸੀ ਮੈਨੂੰ ਮੇਰੀ ਮਿਹਨਤ ਦਾ ਸਹੀ ਮੁੱਲ ਮਿਲੇਗਾ ਪਰ ਕੰਮ ਅੰਤਮ ਹੋਣ ਤੇ ਉਹਨੇ ਸਿਰਫ ਇੰਨਾ ਹੀ ਕਿਹਾ ਠੀਕ ਕੰਮ ਕੀਤਾ ਖੁਸ਼ ਰੋ ਹੁਣ ਤੂੰ ਘਰ ਜਾ ਸਕਦਾ ਮੈਂ ਤਾਂ ਸੁਣ ਕੇ ਚੁੱਪ ਹੀ ਰਹਿ ਗਿਆ ਅਸੀਂ ਗਰੀਬ ਆਦਮੀ ਆਪਣਾ ਖੂਨ ਪਸੀਨਾ ਵਹਾ ਕੇ ਮੁਸ਼ਕਲ ਨਾਲ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੀ ਰੋਟੀ ਦਾ ਜੁਗਾੜ ਕਰ ਪਾਉਂਦੇ ਆ ਵਡੇਰੇ ਕੋਲ ਥੈਲੇ ਭਰੇ ਹੋਏ ਚਾਂਦੀ ਦੇ ਪਏ ਹਨ ਪਰ ਉਹ ਆਪਣੇ ਇਮਾਨਦਾਰ ਮਜ਼ਦੂਰਾਂ ਦਾ ਮਿਹਨਤਾਨਾ ਵੀ ਨਹੀਂ ਦਿੰਦਾ। ਹਕੀਮ ਖੁਸ਼ ਮੁਹੰਮਦ ਨੇ ਟੋਕ ਕੇ ਕਿਹਾ ਤੈਨੂੰ ਪਤਾ ਹੀ ਹੈ ਸ਼ਹਿਜ਼ਾਦਿਆਂ ਦੀ ਤੌਰ ਤਰੀਕੇ ਅਜਿਹੀ ਹੁੰਦੇ ਨੇ। ਤੈਨੂੰ ਆਪਣੇ ਗਵਾਂਢ ਦੇ ਵੱਡੇ ਆਦਮੀ ਬਾਰੇ ਐਦਾਂ ਨਹੀਂ ਬੋਲਣਾ ਚਾਹੀਦਾ। ਇਸਾ ਤੂੰ ਉਹਦੀ ਛਤਰਛਾਇਆ ਥੱਲੇ ਰਹਿ ਰਿਹਾ ਹੈ। ਇਸ ਪਾਪੀ ਦੀ ਛਤਰਛਾਇਆ ਥੱਲੇ ਮੈਂ ਮਿਹਰਬਾਨ ਅੱਲਾਹ ਦੀ ਛਤਰਛਾਇਆ ਥੱਲੇ ਰਹਿ ਰਿਹਾ ਹਾਂ। ਜਿਹੜਾ ਇੱਕ ਕਮੰਡੀ ਕਾਂ ਨੂੰ ਵੀ ਰੋਟੀ ਦਿੰਦਾ ਹੈ ਤੇ ਮੈਂ ਆਪਣੀ ਮਿਹਨਤ ਦੀ ਕਮਾਈ ਦੇ ਸਹਾਰੇ ਜਿਉਂਦਾ। ਫੇਰ ਮੈਂ ਚੱਲਦਾ بسم اللہ حکیم ਦੇ ਪੈਰ ਛੂ ਕੇ ਹਿੱਸਾ ਆਪਣੇ ਖੋਤੇ ਤੇ ਸਵਾਰ ਹੋ ਕੇ ਆਪਣੇ ਘਰ ਚਲਾ ਗਿਆ ਰਸਤੇ 'ਚ ਉਹਨੇ ਵਡੇਰਾ ਦੇ ਫਾਰਮ ਹਾਊਸ ਕੋਲੋਂ ਲੰਘਣ ਦਾ ਵਿਚਾਰ ਛੱਡ ਦਿੱਤਾ ਇਸ ਸ਼ੈਤਾਨ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ ਉਹਨੇ ਮਾਨੀ-ਮਨ ਆਪਣੇ ਆਪ ਨੂੰ ਕਿਹਾ ਜਿਉਂ ਹੀ ਉਹ ਘਰ ਪਹੁੰਚਿਆ ਉਹਦੀ ਪਤਨੀ ਨੇ ਦੱਸਿਆ ਕਿ ਹੜਾਂ ਦਾ ਪਾਣੀ ਪੁਰਾਣੀ ਨਹਿਰ ਤੋਂ ਸਿਰਫ ਅੱਧਾ ਮੀਲ ਦੂਰ ਰਹਿ ਗਿਆ ਇਸ ਆਇ ਲਫ਼ਜ਼ ਸੁਣ ਕੇ ਸੁੰਨ ਹੋ ਗਿਆ ਰਾਤ ਪੈਂਦੀ ਨੂੰ ਹੜ ਦਾ ਪਾਣੀ ਨਹਿਰ 'ਚ ਡਿੱਗਣਾ ਸ਼ੁਰੂ ਹੋ ਗਿਆ ਇਸ ਸਨ ਹੁਣ ਵਿਨਾਸ਼ ਨਜ਼ਰ ਆਉਣ ਲੱਗਾ ਮਿੱਟੀ ਦੇ ਕੰਡੇ ਦਾ ਇਸ ਹੱਡ ਨਾਲ ਕੋਈ ਮੁਕਾਬਲਾ ਨਹੀਂ ਸੀ ਬਹੁਤ ਘਾਟਾ ਸਬਤੀ ਸੀ ਕਿ ਕੰਡਾ ਨਹੀਂ ਤੁਰੇਗਾ ਉਹਦੀ ਪਤਨੀ ਨੇ ਵੀ ਕਿਹਾ ਵੀ ਸਾਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ ਪੁਰਾਣੇ ਬੋੜ ਦੇ ਰੁੱਖ ਵੀ ਉਖੜ ਗਏ ਨੇ ਤੁਹਾਨੂੰ ਸਵੇਰੇ ਸਵੇਰੇ ਪਿੰਡ ਜਾ ਕੇ ਕਿਸੇ ਮਕਾਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਰਾਤ ਨੂੰ ਉਹਨਾਂ ਨੂੰ ਇੱਕ ਪਲ ਵੀ ਨੀਂਦ ਨਹੀਂ ਆਈ ਮਛਰਾਂ ਦਾ ਹਮਲਾ ਪੂਰੇ ਜ਼ੋਰਾਂ ਤੇ ਸੀ। ਬੁਖਾਰ ਨਾਲ ਗਰਸੇ ਹੋਏ ਬੱਚੇ ਪੀੜ ਨਾਲ ਬੇਹੋਸ਼ੀ ਚ ਚੀਕ ਰਹੇ ਸਨ। ਟੁੱਟਦੇ ਹੋਏ ਰੁੱਖਾਂ ਦੇ ਖੜਾਕ ਨਾਲ ਹਵਾ ਗੂੰਜ ਰਹੀ ਸੀ। ਪਾਣੀ ਦੀ ਗੜਗੜਾहट ਤੇ ਪਸ਼ੂਆਂ ਦਾ ਅੜੰਗਣਾ ਤੇ ਡੁੱਬਦੇ ਹੋਏ ਪਸ਼ੂਆਂ ਦੀਆਂ ਚੀਕਾਂ। ਛੇਤੀ ਬਾਰਿਸ਼ ਸ਼ੁਰੂ ਹੋ ਗਈ। ਬਹੁਤ ਜ਼ੋਰਦਾਰ ਮੀਂਹ ਪਿਆ। ਸਾਰੇ ਪਾਸੇ ਪਾਣੀ ਪਾਣੀ ਸੀ। ਇਦਾਂ ਜਾਪਦਾ ਸੀ ਕਿ ਹੜ ਦੇ ਤੇਜ਼ ਹਮਲਿਆਂ ਦੇ ਹਮਲੇ ਦੇ ਜਵਾੜਿਆਂ ਚ ਆ ਕੇ ਦੁਨੀਆ ਡੁੱਬ ਰਹੀ ਹੈ। ਸਵੇਰ ਵੇਲੇ ਮੀ ਪੈਣੋ ਰੁਕ ਗਿਆ ਜਿਉਂ ਹੀ ਇਸਾ ਝੋਂਪੜੀ ਤੋਂ ਬਾਹਰ ਆਇਆ ਉਹਨੇ ਚਾਰੇ ਪਾਸੇ ਚਾਂਦੀ ਰੰਗਾ ਪਾਣੀ ਪਾਣੀ ਦੇਖਿਆ ਜਿਹੜਾ ਗੜਗੜਾ ਹੱਟ ਨਾਲ ਅੱਗੇ ਵਧਿਆ ਆ ਰਿਹਾ ਸੀ ਰਾਤ ਨੂੰ ਹੜ ਕਿੰਨੀ ਤੇਜ਼ੀ ਨਾਲ ਵਧ ਆਇਆ ਸੀ ਹੁਣ ਕਿਸੇ ਨੂੰ ਇਸ ਵੱਧੇ ਆ ਰਹੀ ਤਬਾਹੀ ਬਾਰੇ ਕੋਈ ਭੁਲੇਖਾ ਨਹੀਂ ਸੀ ਇਸਾ ਛੜ ਮਾਰ ਕੇ ਖੋਤੇ ਤੇ ਸਵਾਰ ਹੋਇਆ ਸਿਰਫ ਦੋ ਖੋਤੇ ਛੱਡ ਕੇ ਬਾਕੀ ਖੋਤੇ ਹੱਕ ਕੇ ਲੈ ਗਿਆ ਉਹਦੀ ਪਤਨੀ ਨੇ ਉਹਨੂੰ ਚੇਤਾ ਕਰਾਇਆ ਤੂੰ ਸਾਡੀ ਹਾਲਤ ਦੇਖ ਹੀ ਲਈ ਹੁਣ ਵਕਤ ਜ਼ਾਇਆ ਨਾ ਕਰ। ঈਸਾ ਨੇ ਯਕੀਨ ਨਾਲ ਜਵਾਬ ਦਿੱਤਾ ਮੈਂ ਗਿਆ ਤੇ ਆਇਆ। ਜਿਉਂ ਹੀ ਮੈਂ ਘਰ ਦਾ ਇੰਤਜ਼ਾਮ ਕਰ ਲਿਆ ਮੈਂ ਤੁਰੰਤ ਵਾਪਸ ਆ ਜਾਵਾਂਗਾ। ਜਿਉਂ ਹੀ ਖੋਤੇ ਪਾਣੀ 'ਚ ਬੜੇ ਪਾਣੀ ਉਹਨਾਂ ਦੇ ਗੋਡੇਾਂ ਤੱਕ ਆ ਗਿਆ। ਉਹ ਪਾਣੀ 'ਚ ਅੱਗੇ ਵਧਦੇ ਗਏ ਛੇਤੀ ਜੰਗਲ 'ਚੋਂ ਬਾਹਰ ਨਿਕਲ ਗਏ। ঈਸਾ ਨੂੰ ਖਿਆਲ ਆਇਆ ਹਕੀਮ ਨੇ ਮੈਨੂੰ ਉਹਦੇ ਵੱਲੋਂ ਵਡੇਰੇ ਨੂੰ ਮਿਲਣ ਲਈ ਕਿਹਾ ਸੀ। ਹੁਣ ਜਦੋਂ ਮੈਂ ਹਕੀਮ ਕੋਲ ਰਿਆਇਤ ਮੰਗਣ ਲਈ ਜਾ ਰਿਹਾ ਹਾਂ ਤਾਂ ਮੈਨੂੰ ਪਹਿਲਾਂ ਇਹ ਕੰਮ ਕਰਨਾ ਚਾਹੀਦਾ ਹੈ। ਉਹਨੂੰ ਦੇਰ ਨਹੀਂ ਲੱਗੇਗੀ। ਉਹ ਵਡੇਰੇ ਦੇ ਘਰ ਵੱਲ ਮੁੜਿਆ ਜਿੱਥੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ। ਉਹਨਾਂ ਦੇ ਹੱਥਾਂ 'ਚ ਕਈਆਂ ਸਾਨੂੰ ਮਿੱਟੀ ਦੀ ਖੰਦਕ ਮਾਰ ਰਹੇ ਸਨ। ਜਿਵੇਂ ਵਡੇਰੇ ਨੇ ਦੇਖਿਆ ਬੋਲਿਆ, "ਖੁਸ਼ਾਮਦੀ, ਤੂੰ ਸਮੇਂ ਤੇ ਹੀ ਆਇਆ। ਮੇਰੇ ਕੋਲ ਬੰਦਿਆਂ ਦੀ ਘਾਟ ਏ। ਮੈਨੂੰ ਮਿੱਟੀ ਢੋਣ ਲਈ ਖੋਤਿਆਂ ਦੀ ਵੀ ਬਹੁਤ ਜ਼ਰੂਰਤ ਐ। ਸ਼ਾਬਾਸ਼। ਹੋਰਾਂ ਨਾਲ ਕੰਮ ਤੇ ਜੁਟ ਜਾ। ਸਾਨੂੰ ਛੇਤੀ ਬੰਨ ਮਾਰਨਾ ਚਾਹੀਦਾ ਐ। ਹੜ ਕਿਸੇ ਵੀ ਸਮੇਂ ਆ ਸਕਦਾ ਐ।" ਵਡੇਰੇ ਸਾਰੀਆਂ ਗੱਲਾਂ ਇੱਕੋ ਸਾਚ ਕਹਿ ਗਿਆ। ਭਰੇ ਹੋਏ ਮਨ ਨਾਲ ਇਸਾ ਖੋਤ ਤੇ ਲੈ ਕੇ ਬਨਉਸਾਰੀ ਦੇ ਕੰਮ ਚ ਲੱਗ ਗਿਆ ਪਰ ਉਹ ਆਪਣੀ بیوی ਬੱਚਿਆਂ ਨੂੰ ਕਿੱਦਾਂ ਭੁੱਲ ਸਕਦਾ ਸੀ ਜਿਨ੍ਹਾਂ ਨੂੰ ਮੌਤ ਦੇ ਮੂੰਹ ਚ ਛੱਡ ਕੇ ਆਇਆ ਸੀ ਮੁੰਡੇਰਾ ਦੀ ਹੱਕ ਮਾਨਾ ਇੱਛਾ ਦੇ ਸਾਹਮਣੇ ਉਹ ਘਰ ਵੀ ਕੀ ਸਕਦਾ ਸੀ ਉਹਦੀ वेदना ਦਾ ਉਸ ਆਦਮੀ ਤੇ ਕੋਈ ਅਸਰ ਹੋਣ ਵਾਲਾ ਨਹੀਂ ਦੁਪਹਿਰ ਨੂੰ ਉਹਨੇ ਫੋਰਮੈਨ ਨੂੰ ਆਪਣੀ ਖਤਰਨਾਕ ਸਥਿਤੀ ਬਾਰੇ ਗੱਲ ਕੀਤੀ ਰੱਬ ਦਾ ਵਾਸਤਾ ਮੇਰੀ ਰੱਖਿਆ ਕਰੋ ਪਰ ਫੋਰਮੈਨ ਨੇ ਝਟ ਜਵਾਬ ਦਿੱਤਾ ਤੈਨੂੰ ਹੋਸ਼ ਨਹੀਂ ਵਡੇਰਾ ਨੇ ਮੈਨੂੰ ਸਖਤ ਹੁਕਮ ਦਿੱਤੇ ਨੇ ਵੀ ਜਦੋਂ ਤੱਕ 1 ਲੱਖ ਤੱਕ ਉੱਚਾ ਨਾ ਹੋ ਜਾਏ ਕਿਸੇ ਵੀ ਆਦਮੀ ਨੂੰ ਜਾਣ ਨਹੀਂ ਦੇਣਾ ਹੁਕਮ ਹੁਕਮ ਨੇ ਪਰ ਜਨਾਬ ਇਸਾ ਕਹਿਣ ਦਾ ਯਤਨ ਕਰ ਰਿਹਾ ਸੀ ਤੂੰ ਬੋਲਣਾ ਬੰਦ ਕਰੇਂਗਾ ਕਿ ਨਹੀਂ ਜੇ ਤੈਨੂੰ ਥੋੜੀ ਜਿੰਨੀ ਵੀ ਸੂਝ ਹੈ ਚੁੱਪਚਾਪ ਕੰਮ ਕਰਦਾ ਰਹੇ ਵਰਨਾ ਤੂੰ ਮੁਸੀਬਤਾਂ ਹੀ ਖੜੀਆਂ ਕਰੇਂਗਾ ਫੌਰ ਮੈਨੇ ਮੜਵਾ ਜਵਾਬ ਦਿੱਤਾ ਹੁਣ ਸ਼ਾਮ ਪੈ ਚੁੱਕੀ ਸੀ ਬਰਨ ਗੋਡੇ-ਗੋਡੇ ਹੋਇਆ ਸੀ ਇਸ ਸੱਤੱਖ ਕੇ ਚੋਰ ਹੋ ਚੁੱਕਾ ਸੀ ਉਹ ਲੋਥਵਾੰਗ ਤੁਰ ਰਿਹਾ ਸੀ ਉਹਦੀ ਰੂਹ ਦੂਰ ਪਿੱਛੇ ਚੌਂਪੜੀ ਚ ਛੁਪੀ ਬੈਠੀ ਸੀ ਉਹਨੇ ਸੋਚਿਆ ਇਦਾਂ ਤਾਂ ਇਹ ਰਾਤ ਨੂੰ ਵੀ ਜਾਣ ਨਹੀਂ ਦੇਣਗੇ ਮੈਨੂੰ ਚੁੱਪ ਕਰਕੇ ਖਿਸਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਪਤਾ ਨਹੀਂ ਵਿਚਾਰੇ ਮੇਰੇ ਬੱਚਿਆਂ ਦਾ ਕੀ ਹੋਇਆ ਹੋਏਗਾ ਬੱਚਿਆਂ ਦੇ ਖਿਆਲ ਨੇ ਉਹਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਖੋਤੇ ਪਿੱਛੇ ਛੱਡ ਕੇ ਉਹਨੇ ਬੰਨ ਤੋਂ ਛਾਲ ਮਾਰਤੀ ਫੋਰਮੈਨ ਉੱਚੀ ਆਵਾਜ਼ 'ਚ ਬੋਲਿਆ ਤੂੰ ਸੋਚਦਾ ਤੂੰ ਚਲਿਆ ਜਾਏਗਾ ਓਏ ਮੈਂ ਤਾਂ ਇੱਥੇ ਹੀ ਆਂ ਮੈਂ ਤਾਂ ਪਖਾਨਾ ਚੱਲਿਆ ਮੈਂ ਜ਼ਿਆਦਾ देर ਨਹੀਂ ਲਾਵਾਂਗਾ ਇਸਾ ਪਿੱਛੇ ਮੁੜ ਕੇ ਦੇਖੇ ਬਿਨਾਂ ਲੰਮੀਆਂ ਲੰਮੀਆਂ ਪੁਲੰਘਾਂ ਪਰਦਾ ਜਾ ਰਿਹਾ ਸੀ ਓਏ ਬਹੁਤਾ ਦੂਰ ਨਾ ਜਾ ਤੂੰ ਇੱਥੇ ਝਾੜੀਆਂ ਦੇ ਪਿੱਛੇ ਪਖਾਨਾ ਕਰ ਲੈ ਤੂੰ ਕਿੱਥੇ ਜਾ ਰਿਹਾ ਫੋਰਮੈਨ ਬੇਸਬਰੀ ਨਾਲ ਤੇ ਤਕਰੀਬਨ ਸ਼ੱਕ ਨਾਲ ਟਾਰਾ ਮਾਰ ਰਿਹਾ ਸੀ ਇਸਾ ਨੇ ਪਿੱਛੇ ਦੇਖਿਆ ਕਿ ਉਹ ਕਾਫੀ ਦੂਰ ਆ ਚੁੱਕਾ ਹੈ ਉਸ ਰਖੇਤ ਹੋ ਗਿਆ ਫੋਰਮੈਨ ਨੇ ਆਪਣੇ ਕਾਮਿਆਂ ਨੂੰ ਉੱਚੀ ਆਵਾਜ਼ ਚ ਕਿਹਾ ਕਿ ਉਹਦਾ ਪਿੱਛਾ ਕਰੋ ਇਸ ਤੋਂ ਪਹਿਲਾਂ ਕਿ ਨਜ਼ਰਾਂ ਤੋਂ ਔਲੇ ਹੋ ਜਾਈਏ ਇਹਨੂੰ ਫੜੋ ਪਰ ਇਸਾ ਤਾਂ ਉਹਨਾਂ ਦੀ ਪਕੜ ਤੋਂ ਪਰੇ ਚਲਾ ਗਿਆ ਸੀ ਆਪਣੀ ਜ਼ਿੰਦਗੀ ਲਈ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਭੱਜ ਗਿਆ। ਛੇਤੀ ਉਫੜਨ ਵਾਲਿਆਂ ਦੀਆਂ ਨਜ਼ਰਾਂ ਤੋਂ ਲਾਂਬੇ ਹੋ ਗਿਆ। ਹੁਣ ਜਦੋਂ ਉਹਨੂੰ ਯਕੀਨ ਹੋ ਜਾਂਦਾ ਕਿ ਕੋਈ ਉਹਦਾ ਪਿੱਛਾ ਨਹੀਂ ਕਰ ਰਿਹਾ ਤਾਂ ਸਿਰਫ ਸਾਹ ਲੈਣ ਲਈ ਰੁਕਦਾ ਸੀ। ਥੋੜੇ ਕਦਮਾਂ ਤੇ ਜਾ ਕੇ ਉਹਨੇ ਹੜ ਦਾ ਪਾਣੀ ਦੇਖਿਆ। ਉਹਦੇ ਚੋਂ ਲੰਘਦਾ ਗਿਆ ਜਿੱਥੋਂ ਤੱਕ ਲੰਘ ਸਕਦਾ ਸੀ। ਜਦੋਂ ਜੰਗਲ 'ਚ ਪਹੁੰਚਿਆ ਤਾਂ ਕਾਫੀ ਹਨੇਰਾ ਹੋ ਚੁੱਕਿਆ ਸੀ। ਜੰਗਲ 'ਚ ਪਾਣੀ ਗੋਡੇ-ਗੋਡੇ ਸੀ, ਪਗਡੰਡੀ ਗਵਾਚ ਚੁੱਕੀ ਸੀ। ਇਹ ਸਾਰਾ ਰਸਤਾ ਭੁੱਲ ਗਿਆ ਪਰ ਅੱਗੇ ਵਧਦਾ ਗਿਆ। ਉਨੇ ਨਹਿਰ ਦੇ ਕੰਢੇ ਤੇ ਪਹੁੰਚਣਾ ਸੀ ਬੁੰਦਾਬੰਦੀ ਸ਼ੁਰੂ ਹੋ ਗਈ। ਛੇਤੀ ਮੌਲੇ ਤਾਰ ਵਰਖਾ ਸ਼ੁਰੂ ਹੋ ਗਈ ਪਰ ਇਸਾ ਅੱਗੇ ਵੱਧਦਾ ਗਿਆ। ਅਸ਼ਾਂਤ ਪਾਣੀਆਂ ਦੇ ਸ਼ੋਰ ਨਾਲ ਹਵਾ ਸ਼ਾਂ ਸ਼ਾਂ ਕਰ ਰਹੀ ਸੀ। ਇਹ ਵਫਾਦਾਰ ਕੁੱਤਾ ਮੋਤੀ ਸੀ। ਜਿਉਂ ਹੀ ਇਹਨੇ ਆਪਣੇ ਮਾਲਕ ਨੂੰ ਪਛਾਣਿਆ ਕੁੱਤੇ ਨੇ ਰੋਣਾ ਸ਼ੁਰੂ ਕਰ ਦਿੱਤਾ। ਜਿੱਦਾਂ ਉਹ ਉਦਾਸੀ ਨਾਲ ਪਛਤਾਵਾ ਕਰ ਰਿਹਾ ਹੋਵੇ, ਤੁਸੀਂ ਕਿੱਥੇ ਰਹੇ? ਤੁਸੀਂ ਕਿੱਥੇ ਸੀ? ਤੁਸੀਂ ਕਿੱਥੇ ਸੀ? ਤੁਸੀਂ ਇੰਨੇ ਲੇਟ ਕਿਉਂ ਹੋਏ? ਤੁਸੀਂ ਕਿੱਥੇ ਸੀ? ਤੇ ਫੇਰ ਉਹਨਾਂ ਉੱਛਲਦੀਆਂ ਹੋਈਆਂ ਲਹਿਰਾਂ ਦੇ ਤੇ ਵਰਦੇ ਮੀਂਹ ਵਿੱਚ ਈਸਾ ਦੀਆਂ ਅੱਖਾਂ 'ਚੋਂ ਹੰਝੂ ਪਰਲ ਪਰਲ ਵਗਣੇ ਸ਼ੁਰੂ ਹੋ ਗਏ ਇਹ ਹੰਝੂ ਆਂਦਾ ਹੜ ਸੀ ਧੰਨਵਾਦ